ਰਹੀਮ ਅਸਲਾਮੁ ਅਲੈਕਮ ਵੇਖ ਰਹੇ ਤੁਸੀਂ ਆਪਣਾ ਕਰਨਾਣਾ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਇਰਫਾਨ ਭਰਾਵਾਂ ਵਾਸਤੇ ਰੋਜ਼ਾਨਾ ਦੀ ਨਵੀਂ ਦੀ ਨਵੀਂ ਵੀਡੀਓ ਲੈ ਕੇ ਆ ਵੀ ਤੇ ਇਨਸ਼ਾਅੱਲਾ ਉਮੀਦ ਕਰਨਾ ਕਿ ਵੀਡੀਓ ਤੁਹਾਡੇ ਪਸੰਦ ਆਉਂਦੀ ਹੈ ਲਾਈਕ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਣਾ ਤਾਂ ਕਿ ਸਾਡੀ ਨਵੀਂ ਵੀਡੀਓ ਜਿਹੜੀ ਹੈ ਤੁਹਾਡੇ ਤੱਕ ਬਸਾਨੀ ਪਹੁੰਚ ਸਕੇ ਵੀਡੀਓ ਇਸ ਤਰ੍ਹਾਂ ਜਿਹੜੀ ਬਣਾਉਣ ਲਗਾ ਬਾਖੂਬੀ ਤੁਸੀਂ ਵਾਕਫ ਹੋ ਅੱਜ ਜੁਮੇਰਾਤ ਤੇ ਐਤਵਾਰ ਅੱਜ ਵਾਰ ਜੁਮੇਰਾਤ ਤਾਰੀਖ ਬਣਦੀ ਹੈ 26 ਫਜ਼ਾਲ ਬਣਾਇਆ ਚੱਲ ਮਰੂਫ ਜਾਨਾ ਜ਼ਿਲ੍ਹਾ ਤਹਿਸੀਲ ਗੁਜਰਾਤ ਪਿੰਡ ਸਾਰੋ ਕੀ ਸਾਰੇ ਭਰਾ ਜਾਣਦੇ ਹੋ ਇਸ ਗੱਲ ਨੂੰ ਬਾਖੂਬੀ ਵਾਕਫ ਹੋ ਕਿ ਅੱਜ ਵੀਡੀਓ ਕਿਹਦੀ ਹੈ ਅੱਜ ਕਿਹਦੀ ਹੈ ਜਾਨੇ ਦੀ ਵੀਡੀਓ ਬਣਦੀ ਹੈ ਵੀ ਜੁਮੇਰਾਤ ਦੀ ਤਾਰੀਖ 26 ਬਣਦੀ ਹੈ ਵੀ ਮੱਝਾਂ ਨੇ ਉਹਦੇ ਕੋਲ ਤਕਰੀਬਨ 7 ਜਿਹੜੀਆਂ ਵੀਡੀਓ ਚਲਾਉਣੀਆਂ ਸੋ ਡੰਗਰ ਜਨਾਬ ਉਹਦੇ ਜਿਹੜੇ ਵਿਕੇ ਨੇ ਨਾ 6 ਮੱਝਾਂ ਤੇ 1 ਗਾਂ ਉਹ ਵਿਕ ਗਏ ਨੇ ਬਾਕੀ ਜਨਾਬ 7 ਮੱਝਾਂ ਜਿਹੜੀਆਂ ਨੇ ਉਹਨੇ ਅੱਜ ਵੀਡੀਓ ਚਲਾਉਣੀਆਂ ਨੇ ਜਿਹੜੇ ਡੰਗਰ ਵਿਕੇ ਨੇ ਉਹ ਮੈਂ ਪੁੱਛ ਲੈਣਾ ਯਾਰ ਇੱਥੇ ਆ ਮੇਰੇ ਨੇੜੇ ਅਤੇ ਉਹ ਵੀ ਭਰਾਵਾਂ ਨੂੰ ਲੋਸਮਿੰਟ ਕਰ ਸਕਦੇ ਹਾਂ ਜਿੱਥੇ ਜਿੱਥੇ ਗਈਆਂ ਨੇ ਮੱਝਾਂ ਬਾਕੀ ਸਾਰਿਆਂ ਭਰਾਵਾਂ ਦਾ ਸ਼ੁਕਰੀਆ ਦੁਆਵਾਂ ਅੱਲਾਹ ਪਾਕ ਸਾਰਿਆਂ ਨੂੰ ਖੁਸ਼ ਰੱਖੇ ਬਾਕੀ ਜਨਾਬ ਇੱਕ ਐਲਾਨ ਹੈ ਮੇਰੇ ਚਾਚੇ ਦਾ ਪੁੱਤਰ ਹੈ ਬਾਖੂਬੀ ਤੁਸੀਂ ਵਾਕਫ ਹੋ ਦੇ ਸਬਸਕ੍ਰਾਈਬਰ ਤਕਰੀਬਨ ਵੇਖਦੇ ਰਹੇ ਉਹ ਵੀਡੀਓ ਮੁਦੱਸਰ ਕੋ ਗਾਵਾਂ ਖਰੀਦਦਾ ਰਿਹਾ ਅਖਤਰ ਨਾਜ਼ ਪਿੰਡ ਰਣੀਆਂ ਚੇਚੀਆਂ ਉਹਨੇ ਨਾ ਵੰਡੇ ਦੀ ਦੁਕਾਨ ਜਿਹੜੀ ਹੈ ਨਾ ਅੱਜ ਇਫਤਤਾਹ ਕਰਨਾ ਜੋ ਇਜਾਜ਼ ਹੈ ਮਗਰ ਰਣੀਆਂ ਅੱਜ ਹੀ ਇਜਾਜ਼ ਸਾਹਿਬ ਉਹ ਇਫਤਤਾਹ ਤੇ ਆ ਰਹੇ ਨੇ ਬਾਕੀ ਵੰਡਾ ਜਨਾਬ ਉਹਦੇ ਕੋਲ ਹਰ ਕਿਸਮ ਦਾ ਮਿਲਕ ਦੁੱਧ ਲੈਣ ਵਾਲਾ ਗੋਸ਼ਤ ਵਾਲਾ ਹੋਰ ਵੀ ਹਰ ਕਿਸਮ ਦੀ ਖਾਲ ਚੋਕਰ ਜਿਹੜਾ ਪੁਆਇੰਟ ਹੈ ਨਾ ਉਹਨਾਂ ਨੇ ਅੱਜ ਇਫਤਤਾਹ ਕਰਨਾ ਅੱਜ ਇਜਾਜ਼ ਸਾਹਿਬ ਨੇ ਉਹ ਜਨਾਬ ਉਹਨਾਂ ਨੇ ਐਲਾਨ ਕਰਵਾਇਆ ਕਿ ਅੱਜ ਸਾਹਿਬ ਜ਼ਰੂਰ ਮੁਦੱਸਰ ਦੀ ਵੀਡੀਓ 'ਚ ਮੇਰਾ ਜ਼ਿਹਨ ਨਹੀਂ ਰਿਹਾ ਯਾਦ ਨਹੀਂ ਰਿਹਾ ਮੈਂ ਵੀਡੀਓ ਬਣਾ ਰਿਹਾ ਅਤੇ ਯਾਦ ਆਇਆ ਲੇਕਿਨ ਜਹਾਨਿਆਂ ਦੀ ਵੀ ਵੀਡੀਓ ਅੱਜ ਹੀ ਲੱਗਣੀ ਹੈ ਇਸੇ ਗੱਲੇ ਫਿਰ ਦੁਹਰਾ ਦੇਣਾ ਚੌਧਰੀ ਅਖਤਰ ਪਿੰਡ ਰਣੀਆਂ ਚੇਚੀਆਂ ਹਾਜੀ ਮੁਹੰਮਦ ਇਜਾਜ਼ ਸਾਹਿਬ ਰਣੀਆਂ ਆਪਣਾ ਐਮ ਪੀ ਏ ਦਾ ਇਲੈਕਸ਼ਨ ਲੜਦੇ ਨੇ ਭਰਾਵਾਂ ਨੇ ਤੁਸੀਂ ਵੇਖਿਆ ਵੀ ਹੋਵੇ ਤਾਂ ਸਾਡੇ ਜਿਹੜੀ ਵੀਡੀਓ ਵੇਖੀ ਜੀ ਉਹਦੇ ਮਹਿਮਾਨ ਨੇ ਖੁਸ਼ੀ ਵੀ ਆਏ ਅੱਜ ਉਹਨਾਂ ਦਾ ਇਫਤਤਾਹ ਹੈ ਪਿੰਡ ਦੁੱਲਾ ਵਾਲਾ ਦੁੱਲਾ ਵਾਲੇ ਜਨਾਬ ਬਾਜ਼ਾਰ ਵਿੱਚ ਇਹ ਦੁਕਾਨ ਹੈ ਅਖਤਰ ਸਾਹਿਬ ਦੀ ਵੰਡਾ ਹਰ ਕਿਸਮ ਦਾ ਦੁੱਧ ਵਾਲਾ ਗੋਸ਼ਤ ਵਾਲਾ ਚੋਕਰ ਖਲ ਇਹ ਜਿਹੜਾ ਪੁਆਇੰਟ ਉਹਨਾਂ ਨੇ ਨਾ ਲਾਇਨ ਕਰਾਇਆ ਅਤੇ ਉਹਦੇ ਅੱਜ ਇਫਤਤਾਹ ਵੀ ਲਓ ਜੀ ਅਖਤਰ ਸਾਹਿਬ ਤੁਹਾਡਾ ਐਲਾਨ ਵੀ ਹੋ ਗਿਆ ਬਾਕੀ ਜਿਹਨਾਂ ਡੰਗਰ ਖਰੀਦੇ ਨੇ ਨਾ ਅੱਜ ਜਾਨੇ ਬਰਾਜ ਕੋਲ ਕੱਲ੍ਹ ਅੱਜ ਪਰਸੋਂ ਉਹ ਜਿਹੜੇ ਨਾ ਉਹ ਅਲੋਸਮੈਂਟ ਕਰਨੇ ਆ ਕਿਹੜਾ ਕਿਹੜਾ ਭਰਾ ਜੀ ਲਿਆਕਤ ਅਲੀ ਪਿੰਡ ਚੌਧਰੀ ਆਪਣਾ ਹਾਜੀ ਲਿਆਕਤ ਅਲੀ ਹਾਜੀ ਲਿਆਕਤ ਅਲੀ ਸਿਰਫ ਲਿਆਕਤ ਅਲੀ ਲਿਆਕਤ ਅਲੀ ਜੀ ਰਾਵਲ ਪਿੰਡੀ ਉਹਨਾਂ ਨੇ ਮੱਝ ਖਰੀਦੀ ਇੱਕ ਮੱਝ ਖਰੀਦੀ ਅੱਗੇ ਚੌਧਰੀ ਸਾਕ ਇਹ ਸਾਡੇ ਗੁਆਂਢ ਕਿਸਾਨਾ ਪਿੰਡ ਹੈ ਨਹਿਰ ਦੇ ਉੱਤੇ ਜੀ ਉਹ ਜਿਹੜੀ 370 ਵਾਲੀ ਮੱਝ ਉਹ ਜਨਾਬ ਭਾਈ ਸਾਕ ਨੇ ਖਰੀਦੀ ਅੱਗੇ ਆ ਗਈ ਜੀ 3 ਨੰਬਰ ਸਫਿਆਨ ਉਰਫ ਗੱਗੀ ਪਹਿਲਵਾਨ ਖਟਿਆਲਾ ਖੁਠਾਲਾ ਸ਼ੇਖਾਂ ਦਾ ਅੱਛਾ ਅਲੀ ਅਲੀ ਬਣਾਏ ਦੇ ਪਿੰਡ ਦਾ ਠੀਕ ਹੈ ਖਟਾਲਾ ਚਨਾਬ ਉਹਨਾਂ ਨੇ ਤਰੇ ਨੰਬਰ ਤੇ ਉਹ ਆਉਂਦੇ ਨੇ ਅੱਗੇ ਅਸਜਦ ਗੋਂਦਲ ਵੱਡਾ ਲੋਕ ਸਾਈਆਂ ਦਾ 4 ਅੱਗੇ ਸ਼ਜ਼ੇਬ ਮੁਗਲ ਪੰਜਾਬ ਸ਼ਜ਼ੇਬ ਮੁਗਲ ਕੁੰਜਾਲ ਅੱਗੇ ਦੋ ਮੱਝਾਂ ਗਈਆਂ ਇਹ ਨੇ ਫਿਰ ਦਰਾਨਿਆ ਜੀ ਅੰਸਰ ਇੱਕ ਅੰਸਰ ਢੋਕ ਮੁਰਾਦ ਮੰਡੀ ਬਾਵਲ ਦੀ ਜ਼ਿਲ੍ਹਾ ਮੰਡੀ ਬਾਵਲ ਦੀਨ ਪਿੰਡ ਢੋਕ ਮੁਰਾਦ ਤਹਿਸੀਲ ਵੀ ਮੰਡੀ ਬਾਵਲ ਦੀਨ ਪਹਾੜੇ ਆਪਣਾ ਪਹਾੜੇ ਰੋਡ ਦੇ ਉੱਤੇ ਨਾ ਆਉਂਦਾ ਢੋਕ ਮੁਰਾਦ ਸੰਨ ਵਾਲੇ ਦੀ ਅਗਲੇ ਪਾਸੇ ਜੀ ਦੋ ਇੱਕ ਮੱਝ ਤੇ ਇੱਕ ਗਾਂ ਉਹਨਾਂ ਖਰੀਦੀ ਜਿਨ੍ਹਾਂ ਵੀ ਭਾਈਆ ਖਰੀਦੀਆਂ ਨੇ ਅੱਲਾ ਪਾਕ ਉਹਨਾਂ ਦੇ ਹੱਕ ਵਿੱਚ ਕਰੇ ਭਾਈ ਸਾਹਿਬ 4 ਲੱਖ ਦੀ ਮਾਈ ਲਈ ਹੈ 4 ਲੱਖ ਦੀ ਭਾਈ ਅਨਸਰ ਨੇ ਭਾਈ ਅਨਸਰ ਨੇ ਵੀਡੀਓ ਦੀ ਬਾਅਦ ਆਉਂਦੀ ਜੀ ਅੱਛਾ ਵੀਡੀਓ ਦੀ ਬਾਅਦ ਆਉਂਦੀ ਜੀ 4 ਲੱਖ ਦਾ ਡੰਗਰ ਖਰੀਦਿਆ ਜੀ ਭਾਈ ਅਨਸਰ ਨੇ ਪਿੰਡ ਢੋਕ ਮੁਰਾਦ ਜ਼ਿਲ੍ਹਾ ਤਹਿਸੀਲ ਮੰਡੀ ਜੀ ਲਿਆਕਤ ਅਲੀ ਇਸਾਕ ਆਪਣਾ ਅਸਜਦ ਗੋਂਦਲ ਉਰਫ ਗੋਗੀ ਸਫਿਆਨ ਉਰਫ ਗੋਗੀ ਪਹਿਲਵਾਨ ਆਪਣਾ ਅਲੀ ਬਣਾਇਆ ਜਿਹਨਾਂ ਉਹਨਾਂ ਦੇ ਗਰਾਈ ਨੇ ਤੇ ਜਨਾਬ ਸਾਰਿਆਂ ਭਰਾਵਾਂ ਦੀ ਮਿਹਰਬਾਨੀ ਸ਼ੁਕਰੀਆ ਅੱਲਾ ਪਾਕ ਖੁਸ਼ ਰੱਖੇ ਨੇ ਆਓ ਜੀ ਜਾਨਾ ਸਾਹਿਬ ਵੀਡੀਓ ਸ਼ੁਰੂ ਕਰੀਏ ਤਾਰੀਖ 26 ਵਾਰ ਜੁਮੇਰਾਤ
ਅਸਲਾਮ ਅਲੈਕਮ ਜੀ। ਵਾਲੇਕਮ ਜਾਨਾ ਸਾਹਿਬ, ਕੀ ਹਾਲ ਹੈ? ਠੀਕ ਹੋ? ਨਾਂ ਤੇ ਉਹ ਨਹੀਂ ਦੱਸ ਰਿਹਾ ਜਿਹੜੇ ਨੇ ਡੰਗਰ ਜਨਾਬ ਕੋਲ ਹੈ ਜੇ ਕੋਈ 10-11 ਸੱਤ ਵੀਡੀਓ ਚਲਾਣੀਆਂ ਸੱਤ ਲਾਉਣੀਆਂ ਨੇ। ਠੀਕ ਹੈ ਤੇ ਸ਼ੁਰੂ ਕਰੀਏ ਜੀ। ਬਿਸਮਿਲ੍ਲਾ ਕਰੋ ਜੀ। ਮਾਜ ਨੰਬਰ 1 ਜੀ। ਹਾਂ ਜੀ ਯਾਵਰ ਕੱਟੀਏ ਦੇ ਮਗਰ ਜੀ ਕੱਟੀਏ ਕਿਹੜੇ ਵੇ ਦੀ ਸੂਈ ਜੇ? ਇਹ ਕੱਲ ਦੇ ਸ਼ਾਮ ਦੀ ਸੂਈ ਜੇ, ਦੋ ਚਵਾਈਆਂ ਦੀਆਂ ਹੋਈਆਂ ਜੇ। ਦੋ ਚਵਾਈਆਂ ਹੋਈਆਂ ਜੀ। ਆ ਜਾ ਸਹੀ ਕੱਲ ਦੀ ਸੂਈ ਹੈ ਜਾ ਜਾ ਕੱਲ ਤੇ ਚੋਗੀ ਛਿੱਗੀ ਇਹ ਚੋਗੀ ਜੇ ਨੂੰ ਚੋਗੀ ਬੜੀ ਸੀਲ ਸਾਊ ਹੈ। ਧੁੰਨੀ ਕੋਲੀ ਵੇਖੋ ਜੀ ਕੋਨੀ ਜੀ ਨਸਲੀ ਹੈ ਪੂਰੀ ਆ ਜੀ ਸਾਹਿਬ। ਤੇ ਜਿਹੜਾ ਬੋਲਾ ਚੋਇਆ ਜੇ ਕੀ ਕੁਝ ਹੋਇਆ ਜੀ? ਬੱਚੇ ਨੂੰ ਦੇ ਕੇ ਕੋਈ 2.5-3 ਕਿਲੋ ਆਇਆ ਸਾ ਜੀ। 2.5-3 ਕਿਲੋ ਵੰਗਾ ਸ਼ੰਗਾ ਲਾਇਆ ਜੀ? ਨਹੀਂ ਨਹੀਂ ਬੜੀ ਸਾਊ ਸੀ। ਕੋਨੀ ਲਾਇਆ? ਝੋਟੀ ਨੰਬਰ 1 ਜੀ ਮੂੰਹ ਦੀ 4 ਮਗਰ ਕੱਟੀ ਆ ਲਿਆ ਜੀ ਆਪਣਾ ਯਾਵਰ। ਮਾਜ ਨੰਬਰ 2 ਕਦੋਂ ਦੀ ਸੂਈ ਜਮਾਜ? ਮਾਈ ਸੂਈ ਕਦੋਂ? ਇਹ ਮਾਈ ਜਨਾਬ ਮੇਰੀ ਅੱਜ 6-7 ਦਿਨਾਂ ਦੀ ਸੂਈ ਦੇ ਦਾ ਬੱਚਾ ਮਰ ਗਿਆ ਤੇ ਬੱਚਾ ਮਰ ਗਿਆ ਜਾਂ ਜਾਂ ਉਹ ਮਰਿਆ ਪਿਆ। ਅੱਛਾ ਉਹ ਵੀ ਵਹਾ ਸਕਦੇ? ਸੂਆ ਕੀ ਸੂ? ਸੂਆ ਜਨਾਬ ਇਹਦਾ ਦੂਸਰਾ ਜੇ ਦੂਸਰਾ ਬੱਚੇ ਤੇ ਖੜੇ। ਠੀਕ ਤੇ ਦੁੱਧ ਮਾਈ ਕੋ ਹਾਜੀ ਸਾਹਿਬ 12-13 ਕਿਲੋ ਆਇਆ ਤੋ ਆਇਆ ਜੇ ਪਹਾੜੇ ਦੀ ਸ਼ਾਮੀ ਆ ਚੋਈ ਜੇ ਜੀ ਸੁਭਾਗੀ ਚੋਣੀ ਦੁੱਧ 12-13 ਕਿਲੋ ਜੀ 12-13 ਕਿਲੋ ਤਾਂ ਮਿਲਣ ਦੀ ਵੀ ਗਰੰਟੀ ਹੈ ਪਹਾੜੇ ਤੇ ਅੱਜ ਮੇਲ ਮਿਲਦੀ ਜੀ ਪਹਾੜੇ ਤੇ ਮਿਲਦੀ ਜੀ। ਠੀਕ ਹੈ ਬੱਚਾ ਜੀ ਮੋਇਆ ਸੁਣਾ ਦੁੱਧ 12 ਕਿਲੋ ਤੋਂ ਬਾਹਲਾ ਹੋ ਗਿਆ ਥੋੜਾ ਬੱਚਾ ਜੀ ਮੋਇਆ ਸੁਣ ਜੀ ਨਹੀਂ ਕੱਲ ਦਾ ਮਰੇ ਰਾਜ ਮਰੇ। ਅੱਛਾ ਰਾਜ ਪੁਰਾ ਭਾਈ ਫਿਰ ਮਾਈ ਸਹੀ ਹੁਣ ਸਰਦੀ ਆ ਬੜਾ ਕੱਦ ਸ਼ਾਦ ਮਾਈ ਦਾ ਬਰੀਕ ਹੋ ਜੀ ਮਾਜ ਜਨਾਬ ਮੇਰੀ ਸੁਆ ਦੂਜਾ ਹੈ ਸੁਆ ਦੂਜਾ। ਠੀਕ ਹੈ ਤੇ ਕੀ ਲੈ ਲੈਣਾ ਹੁਣ ਜਾਨਾ ਸਾਹਿਬ ਮਾਜ ਦਾ? ਇਹ ਤਾਂ ਹਾਜੀ ਸਾਹਿਬ ਬੱਚਾ ਹੁੰਦਾ ਤਾਂ ਤੇ 2.5 ਲੱਖ ਰੁਪਈਆ ਜਾਂ 2.6 ਮੰਗਣਾ ਸੀ ਜੀ ਹੁਣ ਫਾਈਨਲ 2-3 ਦੀ ਮਾਜ ਦੇ ਸਕਦਾ 2,30,000 ਦੀ ਬਿਲਕੁਲ ਪਹਾੜੇ ਦੇ ਮਿਲਣ ਦੀ ਗਰੰਟੀ ਹੈ ਜਨਾਬ ਪਹਾੜੇ ਦੇ ਵੀ ਮਾਜ ਮਿਲਦੀ ਮਿਲੀ ਹੈ ਰਾਤੀ ਦੀ ਜੀ ਤੀਸਰੇ ਸੂਏ ਹਜੀ ਸਾਹਿਬ ਸੁਣਾ ਜੇ ਤੀਸਰੇ ਸੂਏ ਮਾਜ ਬੜੀ ਬਰੀਕ ਸ਼ਰੀਕ ਹੈ ਲਬਾਸ ਬੜਾ ਮਾਜ ਦਾ ਜਾਨਾ ਸਾਹਿਬ ਜਿਹੜੇ ਬਟਨ ਹੁੰਦੇ ਨੇ ਕੀ ਕਮਾਲ ਹੈ ਇਹਨਾਂ ਦਾ ਬਟਨਾਂ ਦਾ ਨਸਲਾਂ ਹੀ ਹੁੰਦੀਆਂ ਨੇ ਕੋਈ ਲਿਬਾਸ ਦਾ ਦੁੱਧ ਦਾ ਕਨੈਕਸ਼ਨ ਬਟਨਾਂ ਦਾ ਕੋਈ ਸਿਰਫ ਨਸਲ ਹੀ ਹੈ ਨਸਲਾਂ ਹੁੰਦੀਆਂ ਨੇ ਜੀ ਪਰ ਟੋਰ ਜੀ ਮੁੜਿਆ ਅੱਛਾ ਜੀ ਜੀ ਠੀਕ ਕੋਈ ਛਾਵੇਂ ਦਾ ਕੋਈ ਟੋਰਨ ਦੇ ਸਾਫ਼ ਦਿਸੇ ਦੀ ਆਵੇ ਦੀ ਸਾਫ਼ ਅੱਜ ਕੱਲ੍ਹ ਉਤਨੀ ਧੁੱਪ ਨਹੀਂ ਹੈ। ਅੱਛਾ ਜੀ ਮਾਜ ਨੰਬਰ ਅੱਗੇ ਆ ਗਈ 3 ਜਿਹੜੀ ਗੱਲ ਬਟਨਾਂ ਦੀ ਸ਼ੁਰੂ ਹਾਜੀ ਸਾਹਿਬ ਇਹਨੇ ਦਿਹਾੜੇ 3 ਲੈ ਦੇ 4 ਲੈ ਦੇ ਨੇ ਸੁਆ ਤੀਸਰਾ ਲਾਂਦੀ ਚੌਥਾ ਤੀਸਰਾ ਜੀ ਪੱਕਾ ਬੜਾ ਵੱਡਾ ਲਿਬਾਸ ਮਾਜ ਦਾ ਜਨਾਬ ਸਹੀ ਹੈ ਇਹ ਥਣਾ ਦੀ ਗਰੰਟੀ ਹੋਵੇ ਦੀ ਇਹ ਦਿਹਾੜੇ 2-4 ਕੱਢੇ ਵੀ ਇਹ 4 ਲੈ ਦੇ 3 ਲੈ ਦੇ ਨੇ ਦਿਹਾੜੇ ਲੈ ਦੇ ਅਗਲੀ ਵੀਡੀਓ ਤੁਸੀਂ ਕੱਢ ਜੇ ਦੀ ਐਤਵਾਰ ਤੱਕ ਦੇਖੋ ਜੀ ਰੱਬੀ ਕੰਮ ਨੇ ਵੇਖਣੇ ਤੇ ਲੱਗਦਾ ਕੱਢਦੇ ਸੋਣ ਜੀ ਗੱਲ ਸੁਣਾਓ ਮਾਜ ਦੀ ਅੱਖਾਂ ਸ਼ੱਕਾਂ ਵੀ ਇੱਕੋ ਜਿਹੀਆਂ ਨੇ ਜਨਾਬ ਜਾਨਾ ਸਾਹਿਬ ਗੱਲ ਸੁਣਾਓ ਮਾਜ ਦੀ ਇਹ ਤਾਂ ਹਾਜੀ ਸਾਹਿਬ ਮੁਲਕ ਅੰਦਰ ਨੂੰ ਭਾਵੇਂ ਜੋ ਮਰਜ਼ੀ ਪੇ ਕਰੀਏ ਤੇ ਫਾਈਨਲ ਜਿਹੜੀ ਹੈ 2,65,000 ਦੀ ਮਾਜ ਦੇ ਸਰਾਂ 2,65,000 ਲਿਆ ਜੀ ਮੁੜਿਆ ਮਾਜ ਨੰਬਰ ਅੱਗੇ ਲਿਆ 4 ਜ਼ਿਲ੍ਹਾ ਤਹਿਸੀਲ ਗੁਜਰਾਤ ਪਿੰਡ ਸਾਰੋਕੀ ਜਹਾਨਾ ਵੜਾ ਚ ਜੀ ਮਾਜ ਨੰਬਰ ਅੱਗੇ ਲਿਆਓ ਜੀ 4 ਮਾਜ ਨੰਬਰ 4 ਆਇਆ ਬੱਚੇ ਦੇ ਲਿਆ ਮਾਜ ਜਿਹੜੀ ਆਈ ਮਾਜ ਨੰਬਰ 4 ਜੀ ਹਾਂ ਜੀ ਇਹ ਵੀ ਹਾਜੀ ਸਾਹਿਬ ਸੂਣ ਵਾਲੀ ਦੇ ਜੀ ਠੀਕ ਹੈ ਬੱਚਾ ਸੂਣਾ ਪੂਰਾ ਲਿਆ ਮੈਂ ਵੀ ਸੂਣ ਵਾਲੀ ਹੈ ਸੁਆ ਕੀ ਮਾਜ ਦਾ ਸੁਆ ਮਾਜ ਦਾ ਇਹਦਾ ਜਨਾਬ ਮੇਰੀ ਦੂਸਰਾ ਵੀ ਪਚ ਜਾਂਦਾ ਜੀ ਦੂਸਰਾ ਹੀ ਦੱਸਿਆ ਜੇ ਸਾਈਆਂ ਤੀਸਰੇ ਕਰ ਲਓ ਦੂਸਰੇ ਕਰ ਲਓ ਇਹ ਵਕਤ ਜੀ ਦਿਹਾੜੇ ਵੀ 5-7 ਕੱਢਦੀ ਹੈ 5-7 ਤੇ ਨਹੀਂ ਤੇ 4-5 ਲੈ ਜਾਂਦੇ ਅੱਛਾ 4-5 ਲੈ ਜੇ ਬੜੀ ਮਾਈ ਜਨਾਬ ਮੇਰੀ ਨਸਲੀ ਪਛਮ ਹੈ ਪਛਮ ਥਣ ਮਾਈ ਦਾ ਵੇਖੋ ਸ਼ਕਲ ਵੇਖਣ ਪੁੱਠਾ ਵੇਖਣ ਪੂਰਾ ਵਾਂਝ ਕਰ ਪਛਮ ਪਛਮ ਇਹਨੂੰ ਜੀ ਜੀ ਪਈਆ ਬਾਜ ਪ੍ਰੀ ਮੇਰੀ ਬਿਲਕੁਲ ਗੁਜ਼ਰ ਸਫਰ ਸ਼ਫਰ ਚ ਪੰਜਾ ਕੱਟੀਆਂ ਤਾਂ ਲਿਆ ਜੀ ਅਗਰ ਝੋਟੀ ਲਿਆ ਮੁੰਡਿਆ ਅੱਜ ਦੀ ਫਾਈਨਲ ਲਿਆ
ਛੋਟੀ ਲਿਆ ਛੋਟੀ ਇਹ ਜਨਾਬ ਪਰਸੋਂ ਦੀ ਸੂਈ ਸਹੀ ਹੈ ਉਹ ਬੱਚੇ ਦੇ ਕਾਲ ਬੱਚਾ ਕੀ ਸੂ ਕੱਟੀ ਸੂ ਕੱਟਾ ਬੱਚਾ ਵੇਖ ਲੈ ਪਹਿਲਣ ਹੈ ਨਾ ਜੀ ਪਹਿਲਣ ਹੈ ਮੂੰਹ ਦੀ ਕੀ ਹੈ ਯਾਰ ਮੂੰਹ ਜੋ ਛਿੱਗੀ ਹੈ ਮਨਸ਼ਾਕ ਪੈਂਦਾ ਛਿੱਗੀ ਹੈ ਹੱਥ ਪਾਕ ਵਹਾਲ ਹੈ ਬਿਸ਼ਾਕ ਬਹੁਤ ਸੋਹਣਾ ਸਮਾਜ ਛਿੱਗੀ ਹੈ ਜਨਾਬ ਇਹ ਜਨਾਬ ਬੋਲਾ ਛੋਲਾ ਦੇ ਕੱਢੇ ਨੇ ਬਿਲਕੁਲ ਹੀ ਆ ਬੋਲੇ ਜੀ ਛਿੱਗੀ ਹੈ ਤੇ ਬੜੀ ਚੰਗੀ ਝੋਟੀ ਹੈ ਜੀ ਸਾਹਿਬ जो मर्जी करी है फाइनल जड़ी है ना फाइनल 2,85,000 ठीक है लिया जी उड़ा अगे लिया मुड़िया माज नंबर छे एक झोटी जी बोली पिछले बार जी चलो जी सारे भरावां दी मेहरबानी शुक्रिया अल्लाह पाक खुश रखे जे अल्लाह खैर करे सारे भरावां दी इतनी कोई गुजारिश असी करने हर वीडियो च क्योंकि किसी का ना सानू लैंदे कोई तकलीफ नहीं जाने कहा कि आज साहब बंदे ने आखिया जी ना नहीं लैंदे भाई जान ना वेखो ना दस्या ते डिटेल ना लिया जिथे जिथे गईयां ने जो भी दसना हुण भरावा इन्हां ने मेरे तक आ जाना जिहड़ा इंशाअल्लाह पहुंचाई दा हाँ दूसरा लांबा जिहड़ा भरावां दा होका सच है कई भरा मैसेज करते हैं किसी नूं सलाम आखदे ने दियो किसी नूं आखदे ने ओह ना वाकई ओह मेरी गलती है मैसेज नहीं सुन सकता ठीक है सुनना तो वह भी जनाब जरूर पहुँचाना तो मेहरबानी सारिया भरावां दा शुक्रिया अल्लाह पाक सारिया नूं खुश रखे सेहत दे दे ते अगली वीडियो दे नाल फिर मुलाकात करांगे अल्लाह सोहणे दे वाले रब रखा पाकिस्तान जिंदाबाद।